ਇਸ ਵਕਤ ਜਿਹੜੀ ਹੈ ਤੁਸੀਂ ਸੁਣ ਰਹੇ ਹੋ ਸਾਇਰਨ ਤੋਂ ਸ਼ਾਇਦ ਕਿਤੇ ਅੱਗ ਲੱਗਣ ਦਾ ਸੰਕੇਤ ਹੈ। ਸੋ ਸਾਰੇ ਜਿੰਨੇ ਵੀ ਇੱਥੇ ਠਹਿਰੇ ਹੋਏ ਨੇ ਸਭ ਸੀੜੀਆਂ ਤੋਂ ਫਿਰ ਭੱਜਣ ਤੋਂ ਫਿਰ ਲਿਫਟ ਜਿਹੜੀ ਹੈ ਉਹ ਬੰਦ ਕਰ ਦਿੱਤੀ ਜਾਂਦੀ ਹੈ। ਇਸ ਕਰਕੇ ਸਾਰੇ ਸੀੜੀਆਂ ਤੋਂ ਅਸੀਂ ਥੱਲੇ ਜਾ ਰਹੇ ਹਾਂ। ਸਾਇਰਨ ਸੁਣ ਰਹੇ ਹੋ ਤੁਸੀਂ? ਸੋ ਹੋਰ ਬੜੇ ਥੋੜ੍ਹੀ ਜਿਹੀ ਵੀ ਕਿਤੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਾਇਰਨ ਹਰ ਕਮਰੇ 'ਚ ਹਰ ਰੂਮ 'ਚ ਵੱਜਣਾ ਸ਼ੁਰੂ ਹੋ ਜਾਂਦਾ। ਸਾਡੇ ਸਰ ਜ਼ਿਆਦਾ ਇੱਥੇ ਕੋਈ ਘਬਰਾਹਟ ਨਹੀਂ ਫੈਲਾਉਂਦਾ, ਜ਼ਿਆਦਾ ਭੱਜੋ ਮਿੱਠੀ ਨਹੀਂ ਹੁੰਦੀ। ਥੋੜ੍ਹੀ ਜਿਹੀ ਵੀ ਪ੍ਰੋਬਲਮ ਦਿਸੇ ਤਾਂ ਇਸ ਵਕਤ ਅਸੀਂ 13ਵੀਂ ਮੰਜ਼ਿਲ ਤੋਂ ਥੱਲੇ ਜਾ ਰਹੇ ਹਾਂ। ਤੇਰਵੀਂ ਮੰਜ਼ਿਲ ਤੋਂ ਥੱਲੇ ਤੀਸਰੀ ਮੰਜ਼ਿਲ ਤੇ ਅਸੀਂ ਆ ਚੁੱਕੇ ਹਾਂ। ਸ਼ਾਇਦ ਕਿਚਨ ਦੇ ਵਿੱਚ ਕਈ ਵਾਰ ਹੁੰਦਾ ਹੈ ਹੋਰ ਐਗਜ਼ਿਟ ਟੂ ਸਟਰੀ ਔਰ ਇਹ ਬਿਲਕੁਲ ਜਿਹੜੀਆਂ ਸੀੜੀਆਂ ਸਭ ਆ ਰਹੇ ਹੈ। ਸਾਇਰਨ ਖਾਮੋਸ਼ ਹੋ ਚੁੱਕਿਆ ਹੈ ਔਰ ਅਸੀਂ ਬਿਲਕੁਲ ਬਾਹਰ any is, problem my colleagues are investigating now. Okay, shayad bilkul ek safe jagah jehdi hai bilkul dekho sare piche ja chuke ne ਔਰ ਇਹ ਇਹਨਾਂ ਦਾ ਹਿਲਟਨ ਹੋਟਲ ਬਰਮਿੰਘਮ ਦੇ ਵਿੱਚ ਇਸ ਵਕਤ ਦੇਖੋ ਤੁਸੀਂ ਇਹ ਸਾਰੇ ਪ੍ਰੋਬਲਮ ਹੋ ਗਈ ਹੈ ਤਾਂ ਸਭ ਖੜ੍ਹੇ ਹੋਏ ਨੇ ਇੱਥੇ। ਸੋ ਬਹੁਤ ਪ੍ਰੋਬਲਮ ਇਹ ਅੱਗ ਆਪਣੇ ਕਰਕੇ ਹੀ ਲੱਗੀ ਹੈ। ਓਏ ਇਹ ਸਾਡੇ ਨਾਲ ਪਹਿਲਾਂ ਲੱਗਣੀ, ਮੈਂ ਇਹਨੂੰ ਫੋਨ ਕਰੀ ਜਾਂਦਾ। ਮੈਂ ਕਿਹਾ ਸੀਮਾ ਆ ਰਹੇ ਸੀ ਭੱਜੀ ਤਾਂ ਤੁਸੀਂ ਫੋਨ ਕੀਤਾ, ਮੈਂ ਵੀ ਤੁਹਾਨੂੰ ਸ਼ੀਸ਼ੇ ਚੋਂ ਨਾ ਮੈਂ ਤੁਹਾਨੂੰ ਸ਼ੀਸ਼ੇ ਚੋਂ ਦੇਖ ਲਿਆ, ਉਸ ਤੋਂ ਬਾਅਦ ਦੌੜੇ। ਇਹ ਰਵੀਨਾ ਬਾਜਵਾ ਵਿਚਾਰੀ, ਦੇਖੋ ਡਰ ਦੇਖੋ ਇਹਦੇ ਫੇਸ ਤੇ ਕਿੰਨਾ, ਰਵੀਨਾ ਬਾਜਵਾ ਦੇ ਡਰ ਦੇਖੋ ਕਿੰਨਾ। ਅਸੀਂ ਤਾਂ ਬੜੇ ਹੌਲੇ ਹੌਲੇ ਆਏ, ਆਰਾਮ ਨਾਲ, ਕੋਈ ਗੱਲ ਨੀ। ਸੋ ਆਪਣੇ ਪੰਜਾਬੀ ਇੰਜੋਏ ਕਰ ਰਹੇ ਆ, ਬਟ ਥੋੜੇ ਦੂਜੇ ਸੀਰੀਅਸ ਨੇ ਸਾਰੇ। ਕੈਸਾ ਲੱਗਿਆ ਤੁਹਾਨੂੰ ਇਹ ਸਾਇਰਨ ਸੁਣ ਕੇ? ਬਹੁਤ ਹੀ ਡਰ ਲੱਗਿਆ, ਪਰ ਪਹਿਲਾਂ ਮੈਂ ਇਗਨੋਰ ਕੀਤਾ, ਫਿਰ ਮੈਂ ਸੁੱਤੀ ਰਹੀ ਕਿ ਫਿਰ ਮੈਂ ਬਾਹਰ ਗਈ, ਫਿਰ ਗੋਰੀ ਨੇ ਕਿਹਾ ਕਿ ਬਾਹਰ ਜਾ। ਅੱਛਾ, ਮੈਂ ਫਿਰ ਮੈਂ ਸੋਚਿਆ ਮੈਂ ਉਹਦੇ ਪੈਸੇ ਕਿਹੜੀ ਲੈ ਕੇ। ਫਿਰ ਬਹੁਤ ਸਾਰੀਆਂ ਗੱਲਾਂ ਲਓ ਜੀ, ਹੁਣ ਉਹਨਾਂ ਨੇ ਕਹਿ ਦਿੱਤਾ ਵੀ ਤੁਸੀਂ ਜਾਓ, ਨੋ ਪ੍ਰੋਬਲਮ, ਸਭ ਓਕੇ ਹੋ ਗਿਆ। ਸੋ ਸਾਡੇ ਸਾਇਰਨ ਉਦੋਂ ਵੱਜਣਾ ਜਦੋਂ ਜਮਾਂ ਹੀ ਲਾਂਬੂ ਨਿਕਲ ਜਾਂਦੇ। ਵੈਸੇ ਵੀ ਸਾਡੇ ਪੰਜਾਬੀ ਦਾ ਯੂਨਿਟ ਜਿੰਨਾ ਠਹਿਰਿਆ ਉਹ ਇੰਜੋਏ ਕਰਦਾ, ਤੁਹਾਨੂੰ ਪਤਾ ਵੀ ਆਪਾਂ ਤਾਂ
ਕਿੰਨੀ ਦੁੱਖ ਤਕਲੀਫ ਆ ਜਾਏ, ਆਪਣਾ ਤਾਂ ਪੂਰਾ ਇੰਜੋਏ ਹੁੰਦਾ ਪੰਜਾਬੀਆਂ ਦਾ। ਤੁਸੀਂ ਦੇਖ ਰਹੇ ਹੋ ਸਾਡੀ ਫਿਲਮ ਦੀ ਹੀਰੋਇਨ ਹੈ ਇਹ, ਵੀ ਕਿ ਵੈਸੇ ਸੀਰੀਅਸ ਰਹਿੰਦੀ ਆ, ਅੱਜ ਬਹੁਤ ਡਰੀ ਹੋਈ ਹੈ। ਉਹ ਕਹਿੰਦੇ ਉਹ ਜਦੋਂ ਚੰਗੀ ਤਰ੍ਹਾਂ ਲੱਗੀ ਉਦੋਂ ਹੀ ਭੱਜਾਂਗੇ। ਇਹਨਾਂ ਨੂੰ ਇਹ ਤਾਂ ਪੁੱਛੋ ਵੀ ਕੀ ਹੋਇਆ ਸੀ, ਕਿੱਥੇ ਅੱਗ ਲੱਗੀ ਸੀ, ਕੀ ਗੱਲ ਸੀ, ਕਿਉਂ ਐਕਸਰਸਾਈਜ਼ ਹੀ ਕਰਾਈ ਹੈ। ਅੱਛਾ ਸੀਮਾ ਦੇਖ, ਮੈਂ ਕਹਿੰਦਾ ਸੀਮਾ ਨੂੰ ਪਤਾ ਨੀ ਹੁਣ ਉੱਪਰ ਬੈਠੀ ਹੈ ਕਿ ਇਹ ਮੇਰੇ ਨਾਲ ਪਹਿਲਾਂ ਖੜੀ। ਮੈਂ ਤੁਹਾਡੇ ਵੱਲ ਆਉਣ ਲੱਗੀ ਤਾਂ ਵਿੱਚੋਂ ਡੋਰ ਬੰਦ, ਪਰ ਮੈਨੂੰ ਤੁਸੀਂ ਸ਼ੀਸ਼ੇ ਚ ਦੇਖੇ ਹੋ ਖੜੀ ਸੀ। ਫਿਰ ਨਾਲ ਦੇ ਜਦੋਂ ਮੈਨੂੰ ਕਹਿੰਦੇ ਲੇਡੀ ਨੇ ਇਸ਼ਾਰਾ ਕੀਤਾ ਵੀ ਚਲੋ, ਲੇਡੀ ਕਹਿੰਦੀ ਮੰਮਾ ਬਾਹਰ ਜਾਓ, ਮੈਂ ਕਿਹਾ ਭੱਜੇ ਤਾਂ ਜਾਂਦੇ ਨੇ, ਕਹਿੰਦੀ ਤੁਸੀਂ ਵੀ ਨਾਲ ਹੀ ਭੱਜੋ, ਮੈਂ ਤਾਂ ਭੱਜੀ। ਓਕੇ what problem what my problem? Colleagues investigated, and if you want to find out any what happened, you can speak to my duty manager. I don't have the information at the moment. Okay. 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 There is never a false alarm, all the time it's a reason behind. Okay. Okay. Thank you. So ye ta trailer si jehda dikhaya gaya, trailer si jehda dikhaya gaya।